केआरटी न्यूज़ देखने वाले सारे दर्शकों का स्वागत करते हैं। मैं हाँ जतेंद्र सोडी। देखा गया सी हलका फतेहगढ़ चोड़ियां दे विच जिहड़ा कुछ समा पहला जिहड़े लोक अलीवाल पिंड दे लोक आ जिहड़े आम आदमी पार्टी दे विच शामिल होंदे ने रवायती पार्टियां नूं छड्ड, उत्थे ही हलका फतेहगढ़ चोड़ियां दे इंचार्ज ते पंसद पंजाब दे चेयरमैन सरदार बलवीर सिंह पन्नू वल्लों जिहड़ा पिंड अलीवाल दे लोकां दे नाल लगा आश्वासन है जिहड़ा दवाया जांदा अलीवाल दे लोकां नूं कि जिहड़ा शहीदां दा दर्जा जिहड़ा उच्चा चुक्किया जाएगा क्योंकि उन्हां दी यादगारी गेट है जिहड़े बनाए जाणगे। तां अज तुहानूं दस दईए कि जिहड़े पंसद पंजाब दे चेयरमैन ने बलवीर सिंह पन्नू उन्हां दे वल्लों जिहड़ा अज शहीदां दा दर्जा उच्चा चक्कण दे लई अज बहुत वड्डे कदम जिहड़े चक्के ने क्योंकि उन्हां दे वल्लों जिहड़ा अज लैफ्टिनेंट शहीद होए सरदार लखविंदर सिंह जी दी याद दे विच अज अलीवाल दे विच एंट्री गेट आ जिहड़ा तैयार करन जा रहे ने, तां उहदा नींह पत्थर आ जिहड़ा उन्हां दे वल्लों अज रख दित्ता गया। ਤਾਂ ਉੱਥੇ ਹੀ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜਿਹੜਾ ਕਿ ਸੀ ਐਮ ਭਗਵੰਤ ਮਾਨ ਦੇ ਵੱਲੋਂ ਵੀ ਸ਼ਹੀਦਾਂ ਦਾ ਦਰਜਾ ਉੱਚਾ ਚੱਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਅੱਜ ਅਲੀਵਾਲ ਪਿੰਡ ਦੀ ਸ਼ੁਰੂਆਤ ਹੈ ਜਿਹੜੀ ਇੱਥੋਂ ਕਰਨ ਜਾ ਰਹੇ, ਕਿਉਂਕਿ ਉਹਨਾਂ ਨੇ ਦੱਸਿਆ ਕਿ ਲੈਫਟੀਨੈਂਟ 'ਚ ਸ਼ਹੀਦ ਹੋਏ ਜੋ ਸਨ ਜਵਾਨ, ਤਾਂ ਉਸ ਸਮੇਂ ਉਹਨਾਂ ਦੀ ਬੜੀ ਬਹਾਦਰੀ ਕਹਾਂਗੇ ਕਿਉਂਕਿ ਸਮਾਜ ਨੂੰ ਬੜੀ ਵੱਡੀ ਦੇਣ ਹੈ। ਸ਼ਹੀਦਾਂ ਨੂੰ ਉਹਨਾਂ ਨੇ ਦੱਸਿਆ ਕਿ ਸਾਡਾ ਸਿਰ ਝੁਕਦਾ ਹੈ, ਇਸ ਪਰਿਵਾਰ ਨੂੰ ਵੀ ਜਿਹੜਾ ਸਲੂਟ ਹੈ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਇੱਥੇ ਬੁਲਾਇਆ, ਤਾਂ ਅੱਜ ਨੀਂਹ ਪੱਥਰ ਆ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਅਲੀਵਾਲ ਐਂਟਰੀ ਗੇਟ ਦੇ ਉੱਤੇ ਜਿਹੜਾ ਗੇਟ ਹੈ ਜਿਹੜਾ ਲੈਫਟੀਨੈਂਟ ਸ਼ਹੀਦ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅੱਜ ਇੱਥੇ ਗੇਟ ਤਿਆਰ ਕਰਵਾਉਣ ਦੇ ਲਈ ਜਾ ਰਹੇ ਨੇ, ਤਾਂ ਗੇਟ ਦਾ ਜਿਹੜਾ ਨੀਂਹ ਪੱਥਰ ਹੈ ਜਿਹੜਾ ਉਹਨਾਂ ਦੇ ਵੱਲੋਂ ਰੱਖਿਆ ਗਿਆ। ਤਾਂ ਹੋਰ ਕੀ ਕੁਝ ਕਿਹਾ ਸੁਣਦੇ ਹੋ ਜ਼ਬਾਨੀ ਤੋਂ? ਪਿੰਡ ਅਲੀਵਾਲ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੈਕਿੰਡ ਲੈਫਟੀਨੈਂਟ 1964 ਦੇ ਵਿੱਚ ਜੋ ਆਰਮੀ ਦੇ ਵਿੱਚ ਜੁਆਇਨ ਕੀਤੀ ਸੀ, 1965 ਦੇ ਵਿੱਚ ਉਹ ਜੋ 65 ਸੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ, ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅਲੀਵਾਲ ਦੀ ਜੋ ਪਰਿਵਾਰ ਦੀ ਪਿੰਡ ਦੀ ਇਲਾਕੇ ਦੀ ਡਿਮਾਂਡ ਸੀ, ਕਾਫੀ ਸਮੇਂ ਤੋਂ ਡਿਮਾਂਡ ਸੀ, ਲੇਕਿਨ ਕਿਸੇ ਸਰਕਾਰ ਦੇ ਉੱਤੇ ਕੰਨ ਦੇ ਉੱਤੇ ਜੂ ਨਹੀਂ ਸੀ ਸਰਕੀ। ਮੈਨੂੰ ਜਦੋਂ ਪਤਾ ਲੱਗਾ ਵੀ ਮੇਰੇ ਪਿੰਡ ਦੇ ਵਿੱਚ ਐਡੇ ਵੱਡੇ ਬਹਾਦਰ ਸ਼ਹੀਦ ਸਰਦਾਰ ਲਖਵਿੰਦਰ ਸਿੰਘ ਇੰਡੀਅਨ ਆਰਮੀ ਦੇ ਵਿੱਚ ਬਹੁਤ ਉੱਚ ਅਹੁਦੇ 'ਤੇ ਰਹੇ ਨੇ, ਪਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸਾਡੇ ਦੇਸ਼ ਵਾਸਤੇ, ਪੰਜਾਬ ਵਾਸਤੇ, ਸਾਡੇ ਪਰਿਵਾਰਾਂ ਵਾਸਤੇ। ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜੋ ਪਿੰਡ ਦਾ ਪਹਿਲਾ ਕੰਮ ਹੈ, ਕਿਉਂਕਿ ਅਲੀਵਾਲ ਦੇ ਬਹੁਤ ਕੰਮ ਹੋਰ ਵੀ ਹੋਣ ਵਾਲੇ ਨੇ, ਲੇਕਿਨ ਸਾਡੇ ਮਨ ਦੇ ਵਿੱਚ ਰੀਤ ਸੀ ਵੀ ਅਸੀਂ ਸਭ ਤੋਂ ਪਹਿਲਾ ਕੰਮ ਜੋ ਆਮ ਆਦਮੀ ਸਰਕਾਰ ਦੇ ਵਿੱਚ ਕਰੀਏ ਸ਼ਹੀਦ ਦੀ ਯਾਦ ਦੇ ਵਿੱਚ ਜਾਂ ਗੁਰੂ ਘਰ ਦੀ ਸਮਰਪਿਤ ਹੋ ਕੇ। ਜਦੋਂ ਮੈਂ ਸਾਰੇ ਪਿੰਡ ਦੇ ਵਿੱਚ ਪਤਾ ਕੀਤਾ ਸਾਨੂੰ ਸਾਡਾ ਵੀਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੜੀ ਸ਼ਹੀਦ ਯੋਧਾ ਲਖਵਿੰਦਰ ਸਿੰਘ ਪੁੱਛਗਿੱਛ ਦੇ ਦੌਰਾਨ ਜਦੋਂ ਮੈਨੂੰ ਪਤਾ ਲੱਗਾ ਤਾਂ ਬੜਾ ਮਨ ਨੂੰ ਮਾਣ ਮਹਿਸੂਸ ਹੋਇਆ, ਮਾਣ ਤਾਂ ਮਹਿਸੂਸ ਹੋਇਆ ਕਿਉਂਕਿ ਮੇਰੇ ਪਿੰਡ ਤੋਂ ਸੀ ਔਰ ਸਾਡੇ ਬਜ਼ੁਰਗ ਸੀ, ਅਤੇ ਅਸੀਂ ਬਜ਼ੁਰਗਾਂ ਦੀ ਯਾਦ ਦੇ ਵਿੱਚ ਸਭ ਤੋਂ ਪਹਿਲਾ ਕੰਮ ਅੱਜ ਉਹਨਾਂ ਦੀ ਯਾਦ ਦੇ ਵਿੱਚ ਗੇਟ ਬਣਾ ਰਹੇ ਹਾਂ, ਅਤੇ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਕਾਰਗੁਜ਼ਾਰ ਅਸੀਂ ਕਰਾਂਗੇ ਅਸੀਂ ਇਹਨਾਂ ਦਾ ਨਾਂ ਤਕਰੀਬਨ ਹਰ ਥਾਂ ਦੇ ਉੱਤੇ ਇਨਵੋਲਵ ਜ਼ਰੂਰ ਕਰਾਂਗੇ। ਉਹ ਨਾਲ ਨਾਲ ਮੈਂ ਸਾਰੇ 200 ਤਕਰੀਬਨ ਪੰਚਾਇਤ ਹਲਕੇ ਦੇ ਵਿੱਚ ਹੋਰ ਵੀ ਪਿੰਡਾਂ ਦੇ ਵਿੱਚ ਜਿੱਥੋਂ ਤੱਕ ਮੈਂ ਪਹੁੰਚ ਕਰ ਸਕਿਆ ਹਰ ਇੱਕ ਪਿੰਡ ਦੇ ਵਿੱਚ ਮੈਂ ਪਤਾ ਕੀਤਾ ਵੀ ਸਾਡੇ ਇੰਡੀਅਨ ਆਰਮੀ ਤੋਂ ਜਾਂ ਕਿਸੇ ਵੀ ਬੈਲਟ ਫੋਰਸ ਤੋਂ ਜਿਹੜੇ ਕੋਈ ਸ਼ਹੀਦ ਪਰਿਵਾਰ ਹੈ ਉਹਨਾਂ ਦਾ ਨਾਂ ਤੁਸੀਂ ਮੇਰੇ ਤੱਕ ਪਹੁੰਚਾਓ, ਮੈਂ DC ਸਾਹਿਬ ਦੇ ਅੱਗੇ ਮੰਗ ਰੱਖੂੰਗਾ। ਪਰ ਅਸੀਂ ਹਰ ਸ਼ਹੀਦ ਪਰਿਵਾਰ ਨੂੰ ਹਰ ਤਰ੍ਹਾਂ ਦਾ ਜੋ ਬਣਦਾ ਮਾਣ ਸਨਮਾਨ ਹੈ ਅਸੀਂ ਮਾਣ ਸਨਮਾਨ ਭਾਰ ਰੱਖਾਂਗੇ, ਕਿਉਂਕਿ ਸ਼ਹੀਦਾਂ ਦੀ ਧਰਤੀ ਸਾਡੀ ਜੋ ਪੰਜਾਬ ਦੀ ਧਰਤੀ ਹੈ ਬੜੇ ਬਹੁਤ ਯੋਧਿਆਂ ਦੀ ਸੂਰਵੀਰ ਸ਼ਹੀਦਾਂ ਦੀ ਧਰਤੀ ਹੈ। ਮੈਂ ਤਾਂ ਇਸ ਚੀਜ਼ ਨੂੰ ਮੈਂ ਤਾਂ ਤੁਹਾਡੇ ਚੈਨਲ ਦੇ ਮੱਧੇ ਰਾਹੀਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਕਿ ਮੇਰੇ ਤੋਂ ਵਾਂਝਾ ਨਾ ਕੋਈ ਰਹਿ ਜੇ, ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸਤਿਕਾਰਯੋਗ CM ਸਾਹਿਬ ਉਹਨਾਂ ਦੀਆਂ ਅੱਖਾਂ ਤੋਂ ਵਾਂਝਾ ਨਾ ਕੋਈ ਰਹਿ ਜੇ, ਕਿਉਂਕਿ ਉਹਨਾਂ ਵੱਲੋਂ ਸਾਨੂੰ ਉਦੇਸ਼ ਹੈ ਹਰ ਇੱਕ ਸ਼ਹੀਦ ਪਰਿਵਾਰ ਦੇ ਘਰ ਪਹੁੰਚੋ ਔਰ ਘਰ ਪਹੁੰਚ ਕੇ ਉਹਨਾਂ ਨੂੰ ਪੂਰਾ ਮਾਣ ਸਨਮਾਨ ਦਿਓ ਔਰ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਯਾਦਗਾਰ ਸਟੇਡੀਅਮ, ਯਾਦਗਾਰ ਗੇਟ, ਯਾਦਗਾਰੀ ਦੇ ਵਿੱਚ ਹੋਸਪਿਟਲ, ਯਾਦਗਾਰ ਦੇ ਵਿੱਚ ਕਈ ਹੋਰ ਵੀ ਕਾਰਗੁਜ਼ਾਰ ਹੋਣਗੇ। ਅੱਜ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਮੈਂ ਅਲੀਵਾਲ ਦੀ ਧਰਤੀ 'ਤੇ ਜਨਮ ਲਿਆ ਔਰ ਅਲੀਵਾਲ ਦੀ ਧਰਤੀ ਦੇ ਵਿੱਚ ਸਾਡਾ ਤਕਰੀਬਨ ਮੇਰੇ ਦਾਦਾ ਜੀ ਦੀ ਉਮਰ ਦੇ ਜੋ ਉਸ ਟਾਈਮ 'ਤੇ ਕਿੰਨੇ ਪੜ੍ਹੇ ਲਿਖੇ ਔਰ ਕਿੰਨੇ ਇਨਸਾਨ ਹੋਣਗੇ ਜੋ ਇੰਡੀਅਨ ਆਰਮੀ ਦੇ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਏ ਪਰ ਆਪਣੇ ਪਿੰਡ ਵਾਸਤੇ ਇੱਕ ਮਿਸਾਲ ਬਣੇ। ਅੱਜ ਸਾਰੇ ਪਰਿਵਾਰ ਨੂੰ ਸੱਦ ਕੇ
इन्हां दी हाजरी दे विच असीं गेट दा नींह पत्थर रखण जा रहे हां। और मैं परिवार का भी बहुत बहुत धन्यवाद करदा कि परिवार भी शायद काफ़ी बाहर भी शहरां दे विच रिश्तेदार इन्हां दे रह रहे हैं। मैं सारिआं नूं बेनती की सारा परिवार अज इत्थे इकट्ठा होया और ऐसे परिवारों नूं सलूट है और ऐसे परिवारों नूं जिंदगी भर रहिंदी दुनिया तक याद रखा जाएगा जी। सब तो पहला सीएम साहब भगवंत मान का धन्यवाद करते हैं जिन्हें मतलब इन्ना उपराला किया, इन्नी देर तो सरकार आदि जा रही किसी ने नहीं गल से गौर किया। सो मैं पन्नू साहब का बहुत बहुत धन्यवाद करता। मैं एडा गल।